ਧਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨੇ। ਅਜੇ ਕਾਫੀ ਕੁਝ ਆਪਾਂ ਸਮਝਣਾ, ਇੱਕ ਜਵਾਬ ਦੇ ਦਿਓ ਸਾਰੇ ਭੈਣ ਭਰਾ, ਫਿਰ ਆਪਾਂ ਅੱਗੇ ਤੁਰ ਸਕੀਏ। ਭਗਤ ਧੰਨਾ ਜੀ ਨੇ ਰੱਬ ਕਿੱਥੋਂ ਪਾਇਆ ਜੀ? ਹੁਣ ਸੰਤਾਂ ਦੀ ਸੰਗਤ ਚੋਂ ਸਮਝ ਆ ਗਈ, ਸੰਗਤ ਚੋਂ ਹੀ ਪਾਇਆ। ਹੁਣ ਕਿਹੜੇ ਸੰਤਾਂ ਦੀ ਸੰਗਤ ਵਿੱਚੋਂ, ਇਹ ਵੀ ਸਮਝਣਾ ਪੈਣਾ। ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਤਰਸ ਆਇਆ ਮਾਨਵਤਾ ਦੇ ਉੱਪਰ, ਜੇ ਸਿਰਫ ਇੰਨੀ ਗੱਲ ਹੁੰਦੀ ਨਾ, ਧੰਨੈ ਧਨ ਪਾਇਆ ਧਰਨੀ ਧਰ ਮਿਲ ਜਾਣ ਸੰਤ ਸਮਾਨਿਆਂ, ਤੇ ਜਿਹੜੇ ਆ ਸ਼੍ਰੀਮਾਨ 118-35 ਉਰੀ ਤੁਰੇ ਫਿਰਦੇ ਆ ਸਮਾਜ 'ਚ, ਜਾਣਦੇ ਤੁਸੀਂ ਸਾਰੇ ਸਾਰੇ? ਫਿਰ ਤਾਂ ਸਾਨੂੰ ਭੁਲੇਖਾ ਲੱਗਣਾ ਸੀ, ਸ਼ਾਇਦ ਇਹਨਾਂ ਕੋਲ ਜਾਣਾ ਪਊ, ਕਿਉਂਕਿ ਇਹ ਪਰਮਾਤਮਾ ਨਾਲ ਮਿਲਾ ਦਿੰਦੇ। ਪਰ ਪਿਆਰਿਓ, ਇਹਨਾਂ ਦੀ ਸੰਗਤ ਵਿੱਚੋਂ ਰੱਬ ਨਹੀਂ ਬਲਕਿ ਕਲੇਸ਼ ਜ਼ਰੂਰ ਮਿਲ ਸਕਦਾ। ਕਲੇਸ਼ ਹੀ ਮਿਲਦੇ ਆ ਘਰਾਂ ਵਿੱਚ, ਕਲੇਸ਼ ਪਾ ਕੇ ਲੋਕਾਂ ਨੂੰ ਲੁੱਟੀ ਜਾਣਗੇ, ਤੇਰਾ ਉਹ ਨੁਕਸਾਨ ਕਰਨ ਨੂੰ ਫਿਰਦਾ, ਤੇਰਾ ਉਹ ਕਰਨ ਨੂੰ ਫਿਰਦਾ, ਸਭ ਗੱਲ। ਇਸ ਲਈ ਤੁਸੀਂ ਗੁਰਬਾਣੀ ਵੱਲ ਧਿਆਨ ਰੱਖਿਓ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਭਗਤ ਧੰਨਾ ਜੀ ਦੇ ਦੋਨਾਂ ਸ਼ਬਦਾਂ ਦੇ ਵਿਚਕਾਰਲਾ ਸ਼ਬਦ ਗੁਰੂ ਅਰਜਨ ਸਾਹਿਬ, ਧੰਨੈ ਧਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ, ਉਹ ਕਿਹੜੇ ਸੰਤ ਨੇ? ਮਹਿਲਾ ਪੰਜਵਾਂ। ਮੈਂ ਸਿਰਫ ਹੁਣ ਸ਼ਬਦ ਪੜਾਂਗਾ, ਤੁਸੀਂ ਧਿਆਨ ਨਾਲ ਸੁਣਨਾ ਸਾਰੇ ਭੈਣ ਭਰਾਵਾਂ ਨੇ, ਤੇ ਉੱਚੀ ਆਵਾਜ਼ ਵਿੱਚ ਬੋਲ ਕੇ ਦੱਸੀ ਜਾਣਾ ਜਿਹੜੇ ਜਿਹੜੇ ਸੰਤਾਂ ਦੇ ਨਾਮ ਆਉਣੇ ਆ ਸ਼ਬਦ ਵਿੱਚ, ਜਵਾਬ ਤੁਸੀਂ ਦੇਣਾ। ਹੁਣ ਹੁਣ ਉਹ ਕਿਹੜੇ ਸੰਤ ਨੇ ਜਿਹਨਾਂ ਸੰਤਾਂ ਦੀ ਸੰਗਤ ਕੀਤੀ? ਗੁਰੂ ਅਰਜਨ ਸਾਹਿਬ ਦੱਸ ਰਹੇ, ਮਹਿਲਾ ਪੰਜਵਾਂ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਦ ਦਾਨ ਕੋ ਛੀਪਰੋ ਹੋਇਓ ਲਾ ਕੀਣਾ ਰਹਾਓ। ਕਿਹੜੇ ਸੰਤ ਆ ਗਏ ਜੀ ਬੋਲਿਓ? ਭਗਤ ਨਹੀਂ ਪਤਾ ਲੱਗਿਆ, ਦੁਬਾਰਾ ਫਿਰ ਸੁਣਿਓ ਮੇਰੀਆਂ ਭੈਣਾਂ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਦ ਦਾਨ ਕੋ ਛੀਪਰੋ ਹੋਇਓ ਲਾ ਕੀਣਾ। ਕਿਹੜੇ ਸੰਤਾਂ ਦਾ ਨਾਂ ਆਇਆ ਇਹਦੇ ਚ? ਭਗਤ ਕਿਹੜੇ ਆਏ ਆਪਣਾ? ਬੋਲੋ ਜੀ ਉੱਚੀ, ਜਿਹਨਾਂ ਨੂੰ ਪਤਾ ਲੱਗ ਗਿਆ। ਭਗਤ ਨਾਮ ਦੇਵ ਜੀ, ਨਾਮ ਦਿਓ। ਰਹਾਓ ਤੋਂ ਬਾਅਦ ਕਹਿੰਦੇ ਨੇ, ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਭਇਓ ਉਨੀ ਗਹੀਰਾ। ਕਿਹੜੇ ਸੰਤ ਆ ਗਏ? ਭਗਤ। ਹਾਂਜੀ ਹਾਂਜੀ, ਕਬੀਰ ਜੀ ਆ ਗਏ ਨਾ। ਰਵਿਦਾਸ ਸੁਭੰਤਾ ਢੋਰ ਨੀਤ, ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਕਿਹੜੇ ਸੰਤ ਆ ਗਏ? ਭਗਤ ਰਵਿਦਾਸ ਜੀ। ਸੈਨ ਨਾਈ ਬੁੱਤਕਾਰੀਆ, ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਕਿਹੜੇ ਸੰਤ ਆ ਗਏ? ਭਗਤ ਸੈਨ ਜੀ। ਧਿਆਨ ਦਿਓ, ਇਹ ਸ਼ਬਦ ਦੇ ਦੋਨੋਂ ਪੱਖ ਨੇ। ਇੱਥੇ ਗੁਰੂ ਅਰਜਨ ਸਾਹਿਬ ਇੱਕ ਤਾਂ ਇਹ ਦੱਸ ਰਹੇ ਨੇ ਕਿ ਜਿਹੜੇ ਲਤਾੜੇ ਉਹ ਲੋਕ ਸੀ, ਨੀਵੇਂ ਸਮਝੇ ਜਾਂਦੇ ਲੋਕ ਸੀ, ਜਦੋਂ ਉਹ ਰੱਬ ਨਾਲ ਜੁੜੇ ਕਿੰਨੇ ਮਹਾਨ ਹੋ ਗਏ। ਦੂਸਰਾ ਉਹਨਾਂ ਸੰਤਾਂ ਦਾ ਜ਼ਿਕਰ ਹੋ ਰਿਹਾ ਜਿਨ੍ਹਾਂ ਸੰਤਾਂ ਦੀ ਸੰਗਤ ਵਿੱਚੋਂ ਭਗਤ ਧੰਨਾ ਜੀ ਨੇ ਰੱਬ ਨੂੰ ਪਾਇਆ। ਹੁਣ ਸਮਾਪਤੀ ਵਾਲੇ ਪਦੇ ਚ ਕੀ ਕਹਿੰਦੇ ਆ? ਇਹ ਬਿਦ ਸੁਣ ਕੇ ਜਾਟਰੋ, ਬਿਦ ਦੇ ਧੱਦੇ ਨੂੰ ਸਿਹਾਰੀ ਹੈ, ਅਰਥ ਬਣੇਗਾ ਵਿਧੀ। ਇਹ ਬਿਦ ਸੁਣ ਕੇ ਜਾਟਰੋ, ਉੱਠ ਭਗਤੀ ਲਾਗਾ। ਇਹਨਾਂ ਸੰਤਾਂ ਦੀ ਸੰਗਤ ਵਿੱਚੋਂ ਵਿਧੀ ਪਤਾ ਲੱਗੀ, ਸਮਝ ਆਈ ਭਗਤੀ ਕੀ ਹੈ, ਧਰਮ ਵਾਲੇ ਪਾਸੇ ਤੁਰੇ। ਇਹ ਵਿਧ ਸੁਣ ਕੇ ਜਾਟਰੋ, ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਗਤ। ਹੁਣ ਤੱਕ ਆਪਾਂ ਜਿਹੜਾ ਸਮਝੇ, ਇੱਕ ਵਾਰੀ ਜਵਾਬ ਦਿਓ, ਭਗਤ ਧੰਨਾ ਜੀ ਨੇ ਰੱਬ ਪਾਇਆ ਕਿੱਥੋਂ ਸੰਤਾਂ ਦੀ? ਉਹ ਕਿਹੜੇ ਸੰਤ ਨੇ? ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਤੇ ਭਗਤ ਸੈਨ। ਸੰਗਤ ਚੋਂ, ਪੱਥਰ ਚੋਂ ਨਹੀਂ। ਹੁਣ ਹੁਣ ਪਿਆਰਿਓ, ਸੰਗਤ ਵਿੱਚੋਂ ਰੱਬ ਪਾਇਆ, ਕੀ ਭਗਤ ਧੰਨਾ ਜੀ ਕਬੀਰ ਜੀ ਨੂੰ ਸਰੀਰਕ ਤੌਰ ਤੇ ਮਿਲੇ? ਸੰਗਤ ਕਿਵੇਂ ਹੁੰਦੀ ਹੈ ਵੀ ਅਸੀਂ ਸਮਝ ਲਈਏ, ਕੀ ਭਗਤ ਧੰਨਾ ਜੀ ਰਵਿਦਾਸ ਜੀ ਨੂੰ ਸਰੀਰਕ ਤੌਰ ਤੇ ਮਿਲੇ ਕਦੇ? ਕੀ ਉਹਨਾਂ ਦਾ ਕਦੇ ਮਿਲਾਪ ਸੈਣ ਜੀ ਨਾਲ ਹੋਇਆ? ਸਰੀਰਕ ਮਿਲਾਪ ਨੂੰ ਸੰਗਤ ਨਹੀਂ ਕਹਿੰਦੇ, ਇਹ ਵੀ ਪੁਆਇੰਟ ਅਸੀਂ ਨੋਟ ਕਰ। ਸੰਗਤ ਕਿਵੇਂ ਹੋਈ ਕਿ ਭਗਤ ਧੰਨਾ ਜੀ ਨੇ ਭਗਤ ਨਾਮਦੇਵ ਸਾਹਿਬ ਦੀ ਬਾਣੀ ਨੂੰ ਵਿਚਾਰਿਆ, ਭਗਤ
ਰਵਿਦਾਸ ਜੀ ਦੀ ਬਾਣੀ ਨੂੰ ਸਮਝਿਆ, ਕਬੀਰ ਜੀ ਦੀ ਬਾਣੀ ਚ ਉਸ ਪ੍ਰੇਰਣਾ ਲਈ, ਸੈਣ ਜੀ ਤੋਂ ਸਮਝਿਆ, ਉਹਨਾਂ ਦੀ ਬਾਣੀ ਨੂੰ ਵਿਚਾਰਿਆ, ਉਹਨਾਂ ਦੀ ਵਿਚਾਰ ਬਾਣੀ ਚੋਂ ਸੇਧ ਲਈ ਕਿ ਕਿਵੇਂ ਰੱਬ ਨਾਲ ਸਾਂਝ ਬਣੂਗੀ। ਇਹ ਵਿਧ ਸੁਣ ਕੇ ਜੱਟ ਬਾਣੀ ਦੀ, ਇਹਨਾਂ ਮਹਾਂਪੁਰਸ਼ਾਂ ਦੀ ਬਾਣੀ ਦੀ ਵਿਚਾਰ ਵਿੱਚੋਂ ਉਹਨੂੰ ਸਮਝ ਲੱਗੀ। ਜਿਵੇਂ ਹੁਣ ਸੌਖੇ ਮੈਂ ਬੇਨਤੀ ਕਰਾਂ, ਜਿੰਨੇ ਭੈਣ ਭਰਾ ਤੁਸੀਂ ਭੇਜੇ, ਕੀ ਤੁਸੀਂ ਮੇਰੀ ਸੰਗਤ ਕਰ ਰਹੇ ਹੋ? ਹਾਂਜੀ ਹਾਂਜੀ, ਨਹੀਂ ਨਹੀਂ, ਆਪਾਂ ਸਾਰੇ ਇਹਦੀ ਸੰਗਤ ਕਰ ਰਹੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਹ ਫਰਕ, ਬਹੁਤੇ ਲੋਕ ਇਹ ਭੁਲੇਖਾ ਖਾਂਦੇ ਆ ਕਿ ਜੇ ਅਸੀਂ ਕਿਸੇ ਬੰਦੇ ਦੀ ਗੱਲ ਉਹ ਜਵਾਨ ਤੋਂ ਗੱਲ ਕਰ ਰਹੇ ਉਹਦੀ ਸੰਗਤ ਨਾ ਨਾ, ਜੇ ਅੱਜ ਆਪਾਂ ਭਗਤ ਧੰਨਾ ਜੀ ਦੀ ਬਾਣੀ ਵਿਚਾਰ ਰਹੇ ਹਾਂ ਤੇ ਮਾਨੋ ਅਸੀਂ ਭਗਤ ਧੰਨਾ ਜੀ ਦੀ ਸੰਗਤ ਕਰ ਰਹੇ ਹਾਂ। ਪਿਆਰਿਓ, ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਸਕੇ ਪੁੱਤਾਂ ਨੇ ਗੁਰੂ ਨਾਨਕ ਦੀ ਸੰਗਤ ਨਹੀਂ ਕੀਤੀ, ਹਾਲਾਂਕਿ ਉਹ ਗੋਦੀ ਵੀ ਬਹਿੰਦੇ ਹੋਣੇ। ਪ੍ਰਿਥੀ ਚੰਦ ਨੇ, ਪ੍ਰਿਥੀ ਚੰਦ ਕੌਣ ਹੈ? ਗੁਰੂ ਅਮਰਦਾਸ ਮਹਾਰਾਜ ਦਾ ਦੋਤਾ, ਗੁਰੂ ਰਾਮਦਾਸ ਦਾ ਸਕਾ ਪੁੱਤ, ਗੁਰੂ ਅਰਜਨ ਸਿੰਘ ਦਾ ਸਕਾ ਭਰਾ, ਗੁਰੂ ਹਰਗੋਬਿੰਦ ਸਿੰਘ ਦਾ ਤਾਇਆ, ਚਾਰ ਪਾਤਸ਼ਾਹੀਆਂ ਦਾ ਨੇੜਲੇ ਰਿਸ਼ਤੇਦਾਰ ਨੇ ਗੁਰੂ ਦੀ ਸੰਗਤ ਨਹੀਂ ਕੀਤੀ। ਹਾਲਾਂਕਿ ਸਰੀਰਕ ਤੌਰ ਤੇ ਤਾਂ ਆਪਾਂ ਸਾਰੇ ਜਾਣਦੇ ਹਾਂ, ਪਰਿਵਾਰਾਂ ਵਾਲੇ ਦੋਤਾ ਜਿਹੜਾ ਨਾਨੇ ਦੇ ਘਨੇੜੇ ਬੈਠ ਜਾਂਦਾ, ਪੁੱਤ ਪਿਓ ਦੀ ਗੋਦੀ ਚ ਬੈਠਦਾ, ਭਰਾ ਭਰਾ ਬਚਪਨ ਦੀਆਂ ਖੇਡਾਂ ਖੇਡਦੇ ਨੇ, ਚਾਰ ਪਾਤਸ਼ਾਹੀਆਂ ਦਾ ਨੇੜਲਾ ਰਿਸ਼ਤੇਦਾਰ ਜਿਹੜਾ, ਇਹਦਾ ਮਤਲਬ ਸਮਝ ਰਹੇ ਬਈ, ਗੁਰੂ ਅਰਜਨ ਗੁਰੂ ਅਮਰਦਾਸ ਦੇ ਘਨੇੜਿਆਂ ਤੇ ਬੈਠਣ ਵਾਲਾ, ਗੁਰੂ ਰਾਮਦਾਸ ਦੀ ਗੋਦੀ ਚ ਬੈਠਣ ਵਾਲਾ, ਗੁਰੂ ਅਰਜਨ ਸਾਹਿਬ ਪਾਤਸ਼ਾਹ ਨਾਲ ਬਚਪਨ ਦੀਆਂ ਖੇਡਾਂ ਖੇਡਣ ਵਾਲਾ, ਗੁਰੂ ਹਰਗੋਬਿੰਦ ਸਾਹਿਬ ਦਾ ਤਾਇਆ ਰਹਿ ਗਿਆ, ਪਿਰਤੀ ਦਾ ਪਿਰਤੀਆ, ਸੰਗਤ ਨਹੀਂ ਕੀਤੀ, ਭਾਵ ਉਹਨਾਂ ਦੀ ਵਿਚਾਰ ਨੂੰ, ਉਹਨਾਂ ਦੇ ਬਚਨਾਂ ਨੂੰ ਧਿਆਨ ਨਾਲ ਨਹੀਂ ਸੁਣਿਆ, ਉਹਨਾਂ ਦੇ ਵਚਨਾਂ ਦੇ ਉੱਤੇ ਖਰਾ ਨਹੀਂ ਉਤਰਿਆ। ਇਸ ਲਈ ਸੰਗਤ ਕਿਵੇਂ ਹੁੰਦੀ ਹੈ? ਜਦੋਂ ਅਸੀਂ ਉਹਨਾਂ ਦੀ ਵਿਚਾਰ ਨਾਲ ਜੁੜਦੇ ਹਾਂ। ਮੇਰਾ ਖਿਆਲ ਗੱਲ ਪਕੜ ਵਿੱਚ ਆ ਗਈ ਸਾਰਿਆਂ। ਇਹ ਵਿਧ ਸੁਣ ਕੇ ਜਾਟੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਵੱਡ। ਭਗਤ ਧੰਨਾ ਜੀ ਨੇ ਸੰਤਾਂ ਦੀ ਸੰਗਤ ਕੀਤੀ, ਕਿਹੜੇ ਸੰਤਾਂ ਦੀ ਕੀਤੀ ਸਾਨੂੰ ਇਹ ਵੀ ਸਮਝ ਆ ਗਿਆ। ਇੱਕ ਭੁਲੇਖਾ ਰਹਿ ਸਕਦਾ ਇੱਥੇ, ਉਹ ਵੀ ਮੈਂ ਕਹਿੰਦਾ ਦੋ ਮਿੰਟ ਚ ਗੱਲ ਕਰ ਲਈ। ਕੁਝ ਸੱਜਣ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪੌੜੀ ਦਾ ਹਵਾਲਾ ਦੇ ਕੇ ਕਹਿੰਦੇ ਆ ਕਿ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ ਕਿ ਭਗਤ ਧੰਨਾ ਜੀ ਨੇ ਰੱਬ ਪੱਥਰ ਚੋਂ ਪਾਇਆ। ਅਸਲ ਵਿੱਚ ਪਿਆਰਿਓ ਇਵੇਂ ਗੱਲ ਨਹੀਂ ਹੈ, ਸਮਝਣ ਦੇ ਵਿੱਚ ਫਰਕ ਹੈ। ਇੱਕ ਕਿਰਪਾ ਕਰਕੇ ਨੋਟ ਕਰ ਲਿਓ ਨੁਕਤਾ, 12 ਜਿਹੜੀਆਂ ਨੇ ਭਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਦਰਜ ਨੇ 12 ਤੇ 12 ਭਾਵੇਂ ਭਾਈ ਗੁਰਦਾਸ ਜੀ ਦੀ। 12 ਨੂੰ ਸਮਝਣ ਦਾ ਹਮੇਸ਼ਾ ਹੀ ਇਹ ਤਰੀਕਾ ਹੁੰਦਾ ਹੈ, ਜਿਹੜੀ ਪੌੜੀ ਦੀ ਸਮਾਪਤੀ ਵਾਲੀ ਪੰਕਤੀ ਹੈ ਉਹ ਸੈਂਟਰ ਲੈਡੀਆ ਹੁੰਦਾ। ਜਿਵੇਂ ਆਪਾਂ ਸ਼ੁਰੂਆਤ ਚ ਗੱਲ ਕੀਤੀ ਹੈ ਵੀ ਪੂਰੇ ਸ਼ਬਦ ਦੇ ਵਿੱਚ ਜਿਹੜੀ ਰਹਾਉ ਵਾਲਾ ਜਿਹੜਾ ਪਦ ਹੈ ਉਹ ਸੈਂਟਰ ਲੈਡੀ ਹੈ, ਮੁੱਖ ਨੁਕਤਾ ਉਹ ਹੈ। ਇਸੇ ਤਰ੍ਹਾਂ ਜਿਹੜੀ ਪੌੜੀ ਹੈ ਨਾ, ਪੌੜੀ ਦੀ ਸਮਾਪਤੀ ਵਾਲੀ ਪੰਕਤੀ ਸੈਂਟਰ ਲੈਡੀ ਹੈ। ਮੈਂ ਕੀਰਤਨੀ ਵੀਰਾਂ ਦਾ ਸਤਿਕਾਰ ਕਰਦਾ ਜਿਹੜੇ ਮਰਿਆਦਾ ਮੁਤਾਬਕ ਕੀਰਤਨ ਕਰਦੇ ਹੈ, ਪਰ ਮੈਂ ਮਾਫੀ ਮੰਗਾਂਗਾ, ਕੁਝ ਸੱਜਣ ਬੇਈਮਾਨੀ ਵੀ ਕਰਦੇ ਆ, ਸਾਰੇ ਨਹੀਂ, ਕੁਛ ਕੁਛ। ਜਿਵੇਂ ਇੱਕ ਉਦਾਹਰਣ ਦੇ, ਤੁਸੀਂ ਦੀਵਾਲੀ ਵਾਲੀ ਰਾਤ ਨੂੰ ਦਰਬਾਰ ਸਾਹਿਬ ਤੋਂ ਕੀਰਤਨ ਸੁਣੋ, ਜਿਹੜਾ ਵੀ ਕੀਰਤਨੀ ਜਥਾ ਉੱਥੇ ਕੀਰਤਨ ਕਰਦਾ ਤਕਰੀਬਨ ਸਾਰੇ ਇੱਕ ਲਾਈਨ ਵਾਰ ਵਾਰ ਗਾ ਰਹੇ ਹੁੰਦੇ ਆ, ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਉਹ ਸੁਣਨ ਵਾਲਿਆਂ ਨੂੰ ਇਵੇਂ ਲੱਗਦਾ ਕਿ ਜਿਵੇਂ ਗੁਰੂ ਰਾਮਦਾਸ ਦੇ ਘਰ ਤੋਂ ਦੀਵੇ ਬਾਲਣ ਦਾ ਸੁਨੇਹਾ ਮਿਲ ਰਿਹਾ ਹੋਵੇ, ਜੇ ਦੀਵੇ ਨਾ ਬਾਲੇ ਤਾਂ ਸਿੱਖ ਹੀ ਨਹੀਂ ਰਹਿਣੇ। ਉਹ ਪਿਆਰਿਓ ਇਹ ਬੇਈਮਾਨੀ ਹੋ ਰਹੀ ਹੈ। ਅਸਲ ਇਹ ਪੰਕਤੀ ਵਾਰ ਵਾਰ ਗਾਇਨ ਕਰਨ ਵਾਸਤੇ ਨਹੀਂ ਸੀਗੀ, ਇਹ ਤਾਂ ਸਾਰੀਆਂ ਉਦਾਹਰਣਾਂ ਦਿੱਤੀਆਂ ਹੈ, ਵਾਰ ਵਾਰ ਗਾਉਣ ਲਈ ਸੀ। ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਆਂ, ਸਮਾਪਤੀ ਵਾਲੀ ਪੰਕਤੀ ਵਾਰ ਵਾਰ ਗਾਇਨ ਕਰਨੀ ਸੀ, ਪਰ ਉਲਟ ਹੋ ਗਿਆ, ਕਿਉਂਕਿ ਇਹ ਵੀ ਵੇਖਣਾ ਪਊਗਾ। ਵੇਖੋ ਜੀ, ਇੱਕ ਮੈਂ ਗੁਰਬਾਣੀ ਚ ਉਦਾਹਰਣ ਦਿੰਦਾ, ਤੁਹਾਨੂੰ ਸਮਝ ਆ ਜਾਊ ਸਾਰਿਆਂ ਨੂੰ। ਜੇ ਮੰਨ ਲਓ ਆਪਾਂ ਸਾਰੇ ਗਾਇਨ ਕਰੀਏ, ਹੁਣ ਮੈਂ ਇੱਥੇ ਗਵਾਈ ਜਾਵਾਂ ਸਾਰਿਆਂ ਤੋਂ ਵੀ ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ, ਇੰਨੀ ਪੰਕਤੀ ਦਾ ਗਾਇਨ ਕਰਵਾਈ ਜਾਂਦੀ ਕੀ ਲੱਗੂ ਤੁਹਾਨੂੰ? ਤੁਹਾਨੂੰ ਤੁਹਾਡੇ ਚੋਂ ਕੋਈ ਸਿਆਣਾ ਸੱਜਣ ਮੈਨੂੰ ਕਹੇ ਵੀ ਭਾਈ ਸਾਹਿਬ ਕੀ ਗਾਈ ਜਾਂਦੇ ਹੋ, ਮੈਂ ਕਹਾਂ ਬਾਣੀ ਹੈ, ਕੀ ਬੋਲਦਾ ਤੂੰ? ਹੈ ਲਿਖਿਆ ਤਾਂ ਗੁਰੂ ਗ੍ਰੰਥ ਸਾਹਿਬ ਚ, ਉਹ ਭਲਿਆ ਲਿਖਿਆ ਗੁਰੂ ਗ੍ਰੰਥ ਸਾਹਿਬ ਚ, ਪਰ ਇਵੇਂ ਨਹੀਂ ਗਾਉਣਾ ਜਿਵੇਂ ਤੂੰ ਗਾ ਰਿਹਾ।
ਅਗਲੀ ਪੰਕਤੀ ਨਾਲ ਗਾਉਣੀ ਪੈਣੀ ਹੈ। ਹਰ ਹਰ ਕਦੇ ਨਾ ਚੇਤਿਓ ਜਮ ਪਗੜ ਚਲਾਈਆਂ। ਨਸ਼ੇ ਵਰਤਣ ਵਾਲਿਆਂ ਦਾ ਜਿਹੜਾ ਛਿੱਤਰ ਫਿਰਦਾ ਉਹ ਅਗਲੀ ਪੰਕਤੀ ਦੱਸਿਆ ਹੋਇਆ। ਇੱਕ ਪੰਕਤੀ ਪੜ੍ਹ ਕੇ ਤਾਂ ਐਵੇਂ ਲੱਗੂ। ਇਸ ਲਈ ਜਿਹੜੀ ਉੱਥੇ ਭਾਈ ਭਗਤ ਭਾਈ ਗੁਰਦਾਸ ਜੀ ਦੀ ਜਿਹੜੀ ਪੌੜੀ ਹੈ ਉਹਦੇ ਤੇ ਮੈਂ ਆਵਾਂ। ਸਮਾਪਤੀ ਵਾਲਾ ਉੱਥੇ ਪਦ ਹੈ ਭੋਲਾ ਭਾਉ ਗੋਬਿੰਦ ਮਿਲਾਵੇ। ਉੱਪਰ ਸਾਰਾ ਹਵਾਲਾ ਦਿੰਦੇ ਨੇ ਭਾਈ ਗੁਰਦਾਸ ਜੀ ਕਿ ਸਮਾ ਲੋਕ ਇਹ ਕਹਿੰਦੇ ਪੱਥਰ ਚੋਂ ਮਿਲ ਗਿਆ, ਇਹ ਮਿਲ ਗਿਆ, ਉਹ ਮਿਲ ਗਿਆ, ਪਰ ਗੱਲ ਇਹ ਹੈ ਭੋਲਾ ਭਾਉ ਗੋਬਿੰਦ ਮਿਲਾਵੇ। ਇਸੇ ਨੂੰ ਕਬੀਰ ਜੀ ਕਹਿ ਰਹੇ ਨੇ ਚਤੁਰਾਈ ਨਾ ਚਤੁਰਭੁਜ ਪਾਈ ਆਈ ਹੈ, ਭੋਲੇ ਭਾਏ ਮਿਲੇ ਰਘੁਰਾਇਆ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਸਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਸੋ ਇਸ ਲਈ ਭਾਈ ਗੁਰਦਾਸ ਜੀ ਦੀ ਪੌੜੀ ਨੂੰ ਸਮਝਣ ਦਾ ਤਰੀਕਾ ਨਾ ਆਉਣ ਕਰਕੇ ਬਹੁਤ ਸਾਰੇ ਭੈਣ ਭਰਾ ਇਹ ਭੁਲੇਖਾ ਖਾ ਜਾਂਦੇ ਆ। ਹੁਣ ਤੱਕ ਆਪਾਂ ਜਿੰਨੀ ਗੱਲਬਾਤ ਕਰੀਏ ਇੱਕ ਵਾਰੀ ਮੈਂ ਸ਼ੋਰਟ ਤੁਹਾਡੇ ਧਿਆਨ 'ਚ ਲਿਆ ਕੇ ਫਿਰ ਅੱਗੇ ਚੱਲੀ ਚੱਲਾਂ। ਆਪਾਂ ਅੱਜ ਇਹ ਸਮਝਿਆ, ਤੁਸੀਂ ਸਾਰੇ ਭੈਣ ਭਰਾ ਇੱਕ ਵਾਰੀ ਜਵਾਬ ਦੇ ਦਿਓ ਫਿਰ ਤੋਂ, ਭਗਤ ਧੰਨਾ ਜੀ ਨੇ ਰੱਬ ਕਿੱਥੋਂ ਪਾਇਆ ਜੀ? ਸਮਝ ਆ ਗਈ ਨਾ ਸਾਨੂੰ ਸੰਗਤ ਚੋਂ? ਉਹ ਕਿਹੜੇ ਸੰਤ ਸਨ? ਗੁਰੂ ਅਰਜਨ ਸਾਹਿਬ ਨੇ ਦੱਸ ਦਿੱਤਾ ਸਾਨੂੰ, ਆਪਾਂ ਵਿਚਾਰ ਲੈ। ਹੁਣ ਇੱਥੋਂ ਇਸ ਤੋਂ ਬਾਅਦ ਅਗਲਾ ਸ਼ਬਦ ਵੀ ਆਪਾਂ ਨਾਲ ਵਿਚਾਰ ਲੈ ਤਾਂ ਜੋ ਭੁਲੇਖਾ ਨਾ ਕਿਤੇ ਵੀ ਰਹੇ। 488 ਅੰਕ ਤੇ ਅਗਲਾ ਸ਼ਬਦ ਕਹਿੰਦੇ ਨੇ ਰੇ ਚਿੱਤ ਚੇਤਸ ਕੀ ਨਾ ਦਇਆਲ ਦਮੋਦਰ ਬਿਬੈ ਨਾ ਜਾਣਸ ਕੋਈ ਜੇ ਧਾਵੈ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋ ਹੋਈ ਰਹਾ। ਬੜੇ ਸੌਖੇ ਜਿਹੇ ਅਰਥ ਕਹਿੰਦੇ ਨੇ ਰੇ ਚਿੱਤ ਹੈ ਮਨਾ ਤੂੰ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਿਉਂ ਨਹੀਂ ਕਰਦਾ? ਦਿਆਲੂ ਕਿਰਪਾਲੂ ਹੈ ਜਿਹੜਾ, ਉਹਨੂੰ ਕਿਉਂ ਨਹੀਂ ਯਾਦ ਕਰ ਰਿਹਾ? ਭਾਵੇਂ ਤੂੰ ਖੰਡਾਂ ਬ੍ਰਹਮੰਡਾਂ ਵਿੱਚ ਫਿਰਿਆ ਪਰ ਓਵਰਆਲ ਕੰਟਰੋਲ ਉਸ ਪਰਮਾਤਮਾ ਦਾ ਜੋ ਉਹਨੂੰ ਪਾਉਣਾ ਉਹ ਹੋਣਾ। ਰਹਾਉ ਤੋਂ ਬਾਅਦ ਫਿਰ ਉਦਾਹਰਣਾਂ ਦਿੰਦੇ ਆ, ਕਹਿੰਦੇ ਨੇ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ ਦੇ ਆਹਾਰ ਅਗਨ ਮੈਂ ਰੱਖੈ ਐਸਾ ਖਸਮ ਹਮਾਰਾ। ਆਪਾਂ ਜਿੰਨੇ ਭੈਣ ਭਰਾ ਬੈਠੇ ਹਾਂ ਮਾਂ ਦੇ ਪੇਟ ਵਿੱਚ ਰਹੇ ਹਾਂ ਕੁਝ ਵਕਤ, ਜਠਰਾ ਅਗਨ ਦਾ ਵੀ ਸਾਨੂੰ ਸਾਰੇ ਜਿੰਨੇ ਵੀ ਅਸੀਂ ਹਾਂ ਸਾਡੇ ਸਭ 'ਚ ਜਠਰਾ ਅਗਨ, ਅਸੀਂ ਪ੍ਰਸ਼ਾਦਾ ਪਾਣੀ ਛੱਕਦੇ ਹਾਂ ਜਠਰਾ ਅਗਨ ਕਰਕੇ ਪਚਦਾ। ਹੁਣ ਉੱਥੇ ਮਾਂ ਦੇ ਪੇਟ ਵਿੱਚ ਸਾਡੀ ਰਾਖੀ ਕਰਨ ਵਾਲਾ ਕੌਣ ਹੈ ਜੀ? ਗੁਰੂ ਅਰਜਨ ਸਾਹਿਬ ਵੀ ਦੱਸ ਰਹੇ ਨੇ ਪਾਵਨ ਅੰਕ 613 ਕਹਿੰਦੇ ਨੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਾਖਨ ਹਾਰੇ। ਉੱਥੇ ਅਰਦਾਸ ਰੂਪ ਚ ਕਿਹਾ ਕਿ ਮਾਂ ਦੇ ਪੇਟ ਚ ਤਾਂ ਤੁਸੀਂ ਮੈਨੂੰ ਰੱਖਿਆ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨਾ, ਤੇ ਮੇਰਾ ਇੱਥੇ ਵੀ ਹੁਣ ਅੱਗ ਦੇ ਸਾਗਰ ਚ ਵਾਸਾ ਹੋ ਗਿਆ। ਜਿਹੜਾ ਨਿਤ ਪੜ੍ਹਦੇ ਨਹੀਂ ਅਸੀਂ ਤਿਤ ਸਰਵਰ ਲੈ ਭਈ ਲੈ ਨਿਵਾਸਾ, ਪਾਣੀ ਪਾਵਕ ਦਿਨੇ ਕੀ ਆ, ਸੁਰਤ ਵਸਦੀ ਉਸ ਵਿਕਾਰਾਂ ਦੀ ਅੱਗ ਵਿੱਚ, ਸੁਰਤ ਫੁੱਕ ਰਹੀ ਹੈ, ਸਰੀਰ ਤਾਂ ਠੀਕ ਠਾਕ ਹੈ, ਠੰਡੀ ਕੰਟਰੀ ਚ ਰਹਿੰਦੇ ਤੁਸੀਂ, ਸੁਰਤ ਪੰਕਜ ਮੋਹ ਪਗ ਨਹੀਂ ਚੱਲਦਾ, ਮੋਹ ਦਾ ਚਿੱਕੜ ਇੰਨਾ ਕਿ ਇੱਕ ਕਦਮ ਨਹੀਂ ਪੁੱਟਦੀ ਸੁਰਤ ਧਰਮ ਵਾਲੇ ਪਾਸੇ, ਹਮ ਦੇਖਾ ਡੂਬੀ ਆ। ਕਹਿੰਦੇ ਮੈਂ ਵੇਖਿਆ ਬਹੁਤ ਡੁੱਬ ਡੁੱਬ ਗਿਆ। ਆਪਾਂ ਗੱਲ ਨੇੜੇ ਰੱਖੀਏ, ਕਹਿੰਦੇ ਜਨਨੀ ਕੇਰੇ, ਕੋਸ਼ਿਸ਼ ਕਰਾਂਗੇ ਇੱਕ ਦਿਨ ਅੱਗੇ ਜਵਾਨ ਨੇ ਉਹਦੇ ਚ ਅੱਗ ਦੀ ਗੱਲ ਕਰੀਏ, ਬਾਣੀ ਚ ਕਿੰਨੇ ਤਰ੍ਹਾਂ ਦੀ ਅੱਗ ਦਾ ਜ਼ਿਕਰ ਹੈ, ਪਰ ਅੱਜ ਆਪਾਂ ਭਗਤ ਧੰਨਾ ਜੀ ਦੀ ਸਾਰੀ ਬਾਣੀ ਵਿਚਾਰਨਾ ਚਾਹੁੰਦੇ ਹਾਂ। ਕਹਿੰਦੇ ਨੇ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ ਦੇ ਆਹਾਰ ਅਗਨ ਮੈਂ ਰੱਖੈ ਐਸਾ ਖਸਮ ਹਮਾਰ, ਕੁੰਮੀ ਜਲ ਮੈਂ, ਅਗਲੀ ਉਦਾਹਰਨ ਕੱਛੂ ਕੁੰਮੀ ਦੀ ਦਿੱਤੀ ਹੈ, ਆਪ ਪਾਣੀ ਚ ਬੱਚੇ ਉਹਦੇ ਬਾਹਰ ਰਹਿਤੇ ਦੇ, ਕੁੰਮੀ ਜਲ ਮੈਂ ਤਨ ਤਿਸ ਬਾਹਰ, ਤਨ ਕਹਿੰਦੇ ਉਹਦੇ ਬੱਚੇ ਬਾਹਰ ਬਾਹਰ ਨੇ, ਪੰਖ ਖੀਰ ਤਿਨ ਨਾਹੀਂ, ਨਾ ਤੇ ਉਹਨਾਂ ਦੇ ਖੰਭ ਨੇ ਬੱਚਿਆਂ ਦੀ ਜਾ ਕੇ ਉੱਡ ਕੇ ਭੋਜਨ ਤੱਕ ਪਹੁੰਚ ਸਕਣ, ਨਾ ਖੀਰ ਨਾ ਉਹ ਕੱਛੂ ਕੁੰਮੀ ਉਹਨਾਂ ਨੂੰ ਦੁੱਧ ਪਿਲਾਉਂਦੀ ਹੈ, ਖੀਰ ਦਾ ਭਾਵ ਇਸੇ ਦੁੱਧ, ਪੰਖ ਖੀਰ ਤਿਨ ਨਾਹੀਂ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਨ ਪਾਖਣ ਕੀਟ। ਆ ਬੜੀ ਸੌਖੀ ਉਦਾਹਰਨ ਹੈ, ਤੁਸੀਂ ਪੜ੍ਹਦੇ ਰਹਿ ਰਾਜ ਸਾਹਿਬ ਦੇ ਵਿੱਚ, ਕਾਹੇ ਦੇ ਮਨ ਚਿੱਤ ਮੈਂ ਉਦਮ ਜਾ ਆਹਰ ਹਰ ਜੀਓ ਭਰਿਆ, ਸੈਲ ਪੱਥਰ ਮੈਂ ਪਿਆਰਿਓ, ਇਹ ਸੈਲ ਪੱਥਰ ਵਾਲੀ ਉਦਾਹਰਨ ਦੇ ਕੇ ਸਾਨੂੰ ਕੰਮ ਕਰਨ ਤੋਂ ਨਹੀਂ ਰੋਕ ਰਹੇ, ਸਿਰਫ ਚਿੰਤਾ ਤੋਂ ਰੋਕ ਰਹੇ, ਵੀ ਚਿੰਤਾ ਨਾ ਤੂੰ ਕਰ, ਫਿਕਰ ਨਾ ਕਰ, ਉਦਮ ਕਰਿੰਦਿਆਂ ਜੀਓ, ਤੂੰ ਉਦਮ ਤਾਂ ਕਰਨਾ ਹੈ,
ਪਰ ਫਿਕਰ ਨਾ ਕਰ ਨਾਨਕ, ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਹੈ। ਕਹਿੰਦੇ ਨੇ ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀ, ਉਹਦਾ ਪੱਥਰ ਦੇ ਕੀੜੇ ਦਾ ਕੋਈ ਰਸਤਾ ਵੀ ਕਈ ਵਾਰੀ ਨਹੀਂ ਹੁੰਦਾ, ਬਾਹਰ ਕਿੱਧਰ ਦੀ ਨਿਕਲੇ ਮਾਰਗ ਵੀ ਨਹੀਂ। ਕਹਿ ਧੰਨਾ ਪੂਰਨ ਤਾਹੂ ਕੋ ਮਤ ਰੇ ਜੀ ਡਰਾਹੀ। ਭਗਤ ਧੰਨਾ ਜੀ ਸਮਝਾਉਂਦੇ ਨੇ ਕਿ ਉਹ ਪਰਿਪੂਰਨ ਪਰਮਾਤਮਾ ਸਾਰਿਆਂ ਨੂੰ ਰਿਜ਼ਕ ਦੇਣ ਵਾਲੇ, ਡਰ ਨਾ ਘਬਰਾ। ਹੁਣ ਅਸੀਂ ਜਿਹੜਾ ਸ਼ਬਦ ਵਿਚਾਰੇ ਇਹਦੇ ਚ ਭਗਤ ਧੰਨਾ ਜੀ ਸਾਨੂੰ ਇੱਕ ਅਕਾਲ ਪੁਰਖ ਦੇ ਉੱਤੇ ਅਟੁੱਟ ਵਿਸ਼ਵਾਸ ਬਣਾਉਣ ਦੀ ਪਾਵਨ ਪ੍ਰੇਰਨਾ ਬਖਸ਼ਦੇ ਹੈ ਕਿ ਤੂੰ ਫਿਕਰ ਛੱਡ ਕੇ ਸਿਰਫ ਇੱਕ ਪਰਮਾਤਮਾ ਤੇ ਭਰੋਸਾ ਬਣਾ ਲੈ। ਇੱਥੋਂ ਤੱਕ ਅਸੀਂ ਕਿਉਂਕਿ ਸ਼ਾਰਟ ਵਿੱਚ ਚੱਲੇ ਹਾਂ ਆਪਾਂ, ਤੇ ਸੰਖੇਪ ਚ ਦੋ ਸ਼ਬਦ ਭਗਤ ਧੰਨਾ ਜੀ ਦੇ ਵਿਚਾਰ ਚੱਕੇ। ਇਹ 488 ਅੰਕ ਤੇ ਹੈ ਆਸਾਰਾ ਵਿੱਚ, ਉਹਨਾਂ ਦੇ ਟੋਟਲ 3 ਸ਼ਬਦ ਹੈ ਤੇ ਤੀਜਾ ਸ਼ਬਦ ਵੀ ਨੋਟ ਕਰ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਅੰਕ 695 ਹੈ, ਧਨਾਸਰੀ ਰਾਗ ਦੇ ਵਿੱਚ ਸ਼ਬਦ ਹੈ ਤੇ ਸ਼ਬਦ ਬਹੁਤ ਜ਼ਿਆਦਾ ਪ੍ਰਚਲਿਤ ਹੈ, ਤੁਹਾਨੂੰ ਸਾਰਿਆਂ ਨੂੰ ਮੇਰਾ ਖਿਆਲ ਯਾਦ ਵੀ ਹੋਣਾ ਪਈਆਂ। ਗੋਪਾਲ ਤੇਰਾ ਇਹ ਮੈਂ ਤਾਂ ਅੱਜ ਬੇਨਤੀ ਕੀਤੀ ਹੈ ਕਿਉਂਕਿ ਇੱਕ ਤੇ ਭਗਤ ਧੰਨਾ ਜੀ ਦਾ ਕੱਲ ਨੂੰ ਪ੍ਰਕਾਸ਼ ਪੁਰਬ ਆ ਰਿਹਾ, ਸਾਨੂੰ ਘੱਟੋ ਘੱਟ ਇਹ ਸਾਡੇ ਇੰਨੀ ਖਾਨੇ ਚ ਬਹਿ ਗਈ ਨਾ ਗੱਲ, ਜਿਹਨੂੰ ਪੁੱਛੀਏ ਭਗਤ ਧੰਨਾ ਜੀ ਨੇ ਰੱਬ ਕਿੱਥੋਂ ਪਾਇਆ, ਉਹ ਕਹਿੰਦੇ ਪੱਥਰ ਚੋਰ। ਉਹਨਾਂ ਨੂੰ ਤਾਂ ਪੁੱਛੀਏ ਨਾ ਉਹਨਾਂ ਨੇ ਪਾਇਆ ਜਿਹਨਾਂ ਨੇ, ਉਹ ਕਹਿੰਦੇ ਨਹੀਂ ਯਾਰ ਮੈਂ ਤਾਂ ਇੱਥੋਂ ਪਾਇਆ, ਸਤ ਪੁਰਸ਼ਾਂ ਦੀ ਸੰਗਤ ਚੋਂ, ਮੈਂ ਤੇ ਬਾਣੀ ਦੀ ਵਿਚਾਰ ਵਿੱਚੋਂ ਪਾਇਆ। ਹੁਣ ਉਹਨਾਂ ਦਾ ਇੱਕ ਸ਼ਬਦ ਇਸ ਲਈ ਵਿਚਾਰਨਾ ਚਾਹੁੰਦੇ ਹਾਂ ਤਾਂ ਜੋ ਕਿਤੇ ਭੁਲੇਖਾ ਨਾ ਰਹਿ ਜਾਵੇ, ਉਹਨਾਂ ਜੀ ਉਹ ਸ਼ਬਦ ਚ ਜ਼ਿਕਰ ਕੀਤਾ ਹੋਊਗਾ ਨਹੀਂ। ਗੋਪਾਲ ਤੇਰਾ ਆਰਤਾ, ਗੋ ਤੋਂ ਮੁਰਾਦ ਧਰਤੀ, ਪਾਲਦਾ ਅਰਥ ਪਾਲਣ ਵਾਲਾ ਵਾਹਿਗੁਰੂ, ਆਰਤਾ। ਮੈਂ ਇਹ ਗੱਲਾਂ ਸੁਣਦਾ ਰਿਹਾ, ਤੁਸੀਂ ਸ਼ਾਇਦ ਸੁਣੀਆਂ ਹੋਣ, ਪਹਿਲਾਂ ਨਾ ਐਵੇਂ ਲੋਕ ਵਿਆਖਿਆ ਕਰਦੇ ਰਹੇ ਹੈ, ਇਹ ਗੁਰਮਤ ਨਹੀਂ ਸੀ ਪਰ ਲੋਕ ਸੁਣਾਈ ਗਏ। ਕਹਿੰਦੇ ਜੀ ਬਾਕੀ ਦੇ ਭਗਤ ਸੀਗੇ ਨੀਵੀਂ ਜਾਤ ਦੇ, ਐਵੇਂ ਚੱਲਦੀਆਂ ਸੀ ਗੱਲਾਂ। ਆਹ ਜਿਹੜੀ ਨੌਜਵਾਨ ਸਾਡੇ ਭੈਣ ਭਰਾ ਕਿਉਂ ਨੀ ਗੁਰਦੁਆਰਿਆਂ ਚ ਆਉਂਦੇ, ਇਹਦਾ ਕਾਰਨ ਇਹ ਹੈ, ਮੈਨੂੰ ਮਾਫ ਕਰਿਓ ਕਿ ਗੁਰਦੁਆਰਿਆਂ ਚੋਂ ਸਿੱਖੀ ਦੀ ਗੱਲ ਹੋਈ ਹੋਈ ਘੱਟ ਹੈ। ਗੁਰਦੁਆਰਿਆਂ ਚ ਗੁਰੂ ਦੀ ਗੱਲ ਹੀ ਨਹੀਂ ਹੋਈ, ਜਦੋਂ ਵਿਪਰਵਾਦੀ ਗੱਲਾਂ ਹੋ ਰਹੀ ਅਸੀਂ ਸੁਣਾਉਣੀ ਹੈ, ਇਹ ਕਹਿੰਦੇ ਰਾਹ ਤੁਸੀਂ ਇਹ ਕੁਛ ਸਿੱਖੀ ਹੈ। ਸੱਚ ਜਾਣਿਓ ਜਿਹੜੀ ਸਿੱਖੀ ਸਾਨੂੰ ਗੁਰੂ ਨੇ ਦਿੱਤੀ ਹੈ ਉਸ ਸਿੱਖੀ ਵੱਲ ਲੋਕ ਛਾਲਾਂ ਮਾਰ ਕੇ ਭੱਜੇ ਆਉਣਗੇ, ਪਰ ਜਿਹੜਾ ਸਿੱਖੀ ਦੇ ਵਿੱਚ ਮਿਕਸਿੰਗ ਪੁਜਾਰੀ ਵਰਗ ਨੇ ਕੀਤੀ ਹੈ ਨਾ, ਉਹ ਸਿੱਖੀ ਤੁਹਾਨੂੰ ਲੋਕ ਨਫ਼ਰਤ ਕਰਦੇ। ਜਿਵੇਂ ਮੈਂ ਅਕਸਰ ਇੱਕ ਉਦਾਹਰਣ ਲੈਣਾ, ਅੰਗੂਰ ਤਾਂ ਸਾਰੇ ਖਾ ਲੈਂਦੇ ਅਸੀਂ, ਪਰ ਅੰਗੂਰ ਦਾ ਵਿਗੜਿਆ ਰੂਪ ਸ਼ਰਾਬ ਹੈ, ਉਹ ਬੜੀ ਖਤਰਨਾਕ ਉਹ ਜ਼ਹਿਰ। ਜਿਹੜਾ ਧਰਮ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਹੇ ਨੇ ਇਹ ਧਰਮ ਅੰਮ੍ਰਿਤ ਹੈ, ਪਰ ਜਿਹੜਾ ਇਹਦੇ ਵਿੱਚ ਪੁਜਾਰੀ ਵਰਗ ਮਿਕਸਿੰਗ ਕਰਕੇ ਧਰਮ ਦੇ ਨਾਂ ਤੇ ਲੋਕਾਂ ਨੂੰ ਗੁੰਮਰਾ, ਉਹ ਧਰਮ ਅੰਮ੍ਰਿਤ ਨਹੀਂ ਹੈ, ਉਹ ਧਰਮ ਵੀ ਜ਼ਹਿਰ ਹੈ। ਕਿਹੜਾ ਧਰਮ? ਜਿਹੜਾ ਪੁਜਾਰੀ ਦੇ। ਇਸ ਲਈ ਨੋਟ ਕਰਿਓ ਉਸ ਨੁਕਤੇ ਨੂੰ। ਹੁਣ ਕਹਿੰਦੇ ਨੇ ਆਰਤਾ, ਏਦਾਂ ਸੁਣਾਇਆ ਜਾਂਦਾ ਰਿਹਾ, ਮੈਂ ਤੁਹਾਨੂੰ ਦੱਸਣ ਲੱਗਿਆ ਸੀਗਾ। ਉਹ ਕਹਿੰਦੇ ਜੀ ਬਾਕੀ ਦੇ ਭਗਤ ਤਾਂ ਉਹ ਨੀਵੀਆਂ ਜਾਂਦਾ ਦੇ। ਕਹਿੰਦੇ ਧੰਨਾ ਫਿਰ ਤੁਹਾਨੂੰ ਪਤਾ ਕੀ ਸੀਗਾ ਭਲਾ? ਉਹ ਕਹਿੰਦਾ ਵੀ ਆਪਾਂ ਨੀ ਆਰਤੀ ਊਰਤੀ ਕਰਦੇ, ਬਾਕੀ ਭਗਤਾਂ ਨੇ ਆਰਤੀ ਕਰੀ। ਧੰਨਾ ਜੀ ਕਹਿੰਦੇ ਵੀ ਨਹੀਂ, ਮੈਂ ਤਾਂ ਆਪਾਂ ਤੇ ਜੱਟ ਹੁੰਦੇ ਹਾਂ ਤਾਂ ਵੱਡੇ ਬੰਦੇ ਹਾਂ, ਸਾਡਾ ਤਾਂ ਖੁੱਲਾ ਸਵਾ, ਅਸੀਂ ਤਾਂ ਆਰਤਾ ਹੀ ਕਰਾਂਗੇ, ਨਾਲ ਗਾਇਨ ਕਰ ਦੇਣਾ ਗੋਪਾਲ ਤੇਰਾ ਆਰਤਾ। ਤੇ ਸੁਣਨ ਵਾਲਿਆਂ ਨੂੰ ਗੱਲ ਜੱਜ ਵੀ ਜਾਂਦੀ ਹੋਵੇ ਵੀ ਯਾਰ ਗੱਲ ਵੀ ਠੀਕ ਹੈ, ਪਰ ਪਿਆਰਿਓ ਇਹ ਆਰਤੀ ਆਰਤੀ ਨਾਲ ਕੋਈ ਸੰਬੰਧ ਨਹੀਂ ਹੈ। ਨਾਲੇ ਵੈਸੇ ਵੀ ਮੈਂ ਬੇਨਤੀ ਕਰਾਂ, ਭੁਲੇਖਾ ਨਾ ਖਾਇਓ, ਜਦੋਂ 18ਵੀਂ ਸਦੀ ਤੱਕ ਅਸੀਂ ਜਦੋਂ ਤੇ ਹਿਸਟਰੀ ਪੜ੍ਹਾਂਗੇ ਤੇ ਉੱਥੇ ਜਿਹੜੀਆਂ ਸ਼ੂਦਰ ਮੰਨੇ ਜਾਂਦੇ ਆ ਨਾ, ਜਿਹੜੇ ਵਿਪਰਵਾਦ ਦੇ ਮੁਤਾਬਕ ਮਨੂ ਸਿਮਰਤੀ ਦੇ ਮੁਤਾਬਕ ਸ਼ੂਦਰਾਂ ਦੇ ਵਿੱਚ ਬਾਕੀ ਜਾਤਾਂ ਦੇ ਨਾਲ ਜੱਟ ਵੀ ਸ਼ੂਦਰਾਂ 'ਚ ਹੀ ਸ਼ਾਮਿਲ ਸੀ, ਭੁਲੇਖਾ ਨਾ ਖਾਇਓ, ਇਹ ਸੱਚ ਹੈ। ਜਿੰਨੀ ਨਫ਼ਰਤ ਬਾਕੀ ਜਾਤਾਂ ਨਾਲ ਕਰਦੇ ਸੀ ਉਹ ਨੀਵੀਆਂ ਸਮਝ ਕੇ, ਉਨੀ ਹੀ ਜੱਟਾਂ ਨਾਲ ਕਰਦੇ ਸੀ ਜਿਹੜੀਆਂ ਚਾਰ ਸ਼੍ਰੇਣੀਆਂ ਬਣਾਈਆਂ ਸੀਗੀਆਂ। ਲੰਮਾ ਟੌਪਿਕ ਹੈ, ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ, ਸ਼ੂਦਰ ਦੇ ਵਿੱਚ ਹੀ ਜੱਟ ਸੀਗੇ, ਜੱਟ ਹੋਰ ਕਿਹੜੇ ਚਾਹੁੰਦੇ ਸੀ, ਨਾ ਬ੍ਰਾਹਮਣਾਂ 'ਚ ਨਾ ਖੱਤਰੀਆਂ 'ਚ ਨਾ ਵੈਸ਼, ਸ਼ੂਦਰ ਚਾਹੁੰਦੇ ਸੀ, ਕੋਈ ਜਾਤ ਪਾਤ ਦਾ ਮਸਲਾ ਨਹੀਂ ਹੈ, ਗੁਰਮਤ 'ਚ ਤਾਂ ਹੈ ਹੀ ਨਹੀਂ, ਪਰ ਉਹਨਾਂ ਨੇ ਵੀ ਨੀਵੀਂ ਜਾਤ 'ਚ ਰੱਖਿਆ ਹੋਇਆ ਸੀ। ਇਸ ਕਰਕੇ ਪੁਆਇੰਟ ਨੂੰ ਨੋਟ ਕਰਿਓ, ਥੋੜਾ ਜਿਹਾ ਬੇਨਤੀ ਕਰ ਰਿਹਾ ਸੀ ਇੱਥੇ, ਆਰਤੀ ਆਰਤਾ ਨਹੀਂ, ਗੋਪਾਲ ਤੇਰਾ ਆਰਤਾ, ਭਾਵ ਮੈਂ ਤੇਰੇ ਦਰ ਦਾ ਪ੍ਰਮਾਤਮਾ ਜੀ ਆਰਤੇ ਦਾ ਅਰਥ ਇੱਥੇ ਮੰਗਤਾ ਮੰਗਤਾ ਜੋ ਜਨ ਤੁਮਰੀ ਭਗਤ ਕਰਨ ਤੇ
ਭਗਤ ਲਫ਼ਜ਼ ਨੂੰ ਧਿਆਨ ਨਾਲ ਸੁਣਿਓ ਕਿਰਪਾ ਕਰਕੇ, ਕਿਉਂਕਿ ਭਗਤ ਲਫ਼ਜ਼ ਗੁਰਬਾਣੀ ਵਿੱਚ ਬਹੁਤ ਵਾਰੀ ਆਉਣਾ। ਜਿੱਥੇ ਵੀ ਭਗਤ ਦੇ ਤੱਤੇ ਨੂੰ ਔਂਕੜ ਲੱਗਿਆ ਹੋਵੇ ਅਰਥ ਹੈ ਇੱਕ ਭਗਤ, ਜਿੱਥੇ ਭਗਤ ਦਾ ਤੱਤਾ ਮੁਕਤਾ ਹੋਵੇ ਅਰਥ ਹੈ ਕਈ ਭਗਤ, ਬਹੁ ਬਚਨ ਰੂਪ ਹੈ। ਜਿੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੋਵੇ ਅਰਥ ਹੈ ਭਗਤੀ। ਹੁਣ ਵੇਖੋ ਉਚਾਰਨ ਇੱਕੋ ਹੀ ਹੈ, ਉਚਾਰਨ ਤਿੰਨਾਂ ਦੇ ਹੀ ਅਸੀਂ ਭਗਤ ਕਰਾਂਗੇ, ਪਰ ਜਿੱਥੇ ਤੱਤੇ ਨੂੰ ਸਿਹਾਰੀ ਹੈ ਉੱਥੇ ਅਰਥ ਬਣੇਗਾ ਭਗਤੀ, ਕਿਉਂਕਿ ਇਹ ਸਿਹਾਰੀ ਉਚਾਰਨ ਵਾਸਤੇ ਨਹੀਂ ਹੈ, ਇਹ ਉਚਾਰ ਇਹ ਸਿਹਾਰੀ ਜਿਹੜੀ ਸਿਰਫ ਅਰਥ ਦੱਸਣ ਲਈ। ਕਹਿੰਦੇ ਨੇ ਜੋ ਜਨ ਤੁਮਰੀ ਭਗਤ ਕਰਨ ਤੇ, ਜਿਹੜੇ ਤੇਰੀ ਭਗਤੀ ਕਰਦੇ ਹਨ, ਤਿੰਨ ਕੇ ਕਾਜ ਸਵਾਰਤਾ, ਉਹਨਾਂ ਦੇ ਤੂੰ ਕਾਰਜ ਵੀ ਸਵਾਰਦਾ। ਹੁਣ ਭਗਤ ਧੰਨਾ ਜੀ ਨੇ ਦੁਨਿਆਵੀ ਚੀਜ਼ਾਂ ਮੰਗੀਆਂ, ਜਿਹਦੇ ਅਰਥ ਵੀ ਤੁਹਾਨੂੰ ਸਭ ਨੂੰ ਪਤਾ, ਦੁਨਿਆਵੀ ਚੀਜ਼ਾਂ, ਦਾਲ। ਪਿਆਰਿਓ ਇਹ ਬਾਣੀ ਜਿਹੜੀ ਹੈ ਨਾ ਮਹਾਂਪੁਰਖਾਂ ਦੀ ਬਾਣੀ ਹੈ, ਨੋਟ ਕਰਿਓ। ਇਹ ਮਹਾਂਪੁਰਖ ਨੇ ਰੱਬ ਤੋਂ ਦਾਤਾਂ ਮੰਗੀਆਂ। ਇਹ ਮੈਂ ਇਸ ਲਈ ਥੋੜਾ ਰੁਕ ਕੇ ਬੇਨਤੀ ਕਰ ਰਿਹਾ ਕਿ ਸਾਡਾ ਸਮਾਜ ਮਹਾਂਪੁਰਖ ਕਿਹਨਾਂ ਨੂੰ ਕਹਿੰਦਾ, ਜਿਹੜਾ ਰੋਟੀ ਨਾ ਖਾਵੇ ਕਹਿੰਦੇ ਜੀ ਇਹ ਦੋਧਾ ਧਾਰੀ ਹੋ ਗਿਆ, ਜਾਂ ਜਿਹੜੇ ਕੱਪੜੇ ਨਾ ਪਾਵੇ, ਕੋਈ ਜੁੱਤੀ ਨਾ ਪਾਵੇ, ਇਹ ਸਭ ਚੀਜ਼ਾਂ ਨੂੰ ਬਹੁਤ ਵੱਡਾ ਬਣਾ ਕੇ ਪੇਸ਼ ਕੀਤਾ ਜਾਂਦਾ, ਬਹੁਤ ਵੱਡਾ। ਹਾਲਾਂਕਿ ਸਤਿਗੁਰੂ ਦੀ ਬਾਣੀ ਵਿੱਚ ਬੜਾ ਸਪਸ਼ਟ ਲਿਖਿਆ, ਨਗਨ ਫਿਰਤ ਜੋ ਪਾਈਐ ਜੋਗ, ਬਨਕਾ ਮਿਰਗ ਮੁਕਤ ਸਭ ਹੋ। ਜੇ ਨੰਗੇ ਰਹੇ ਹਾਂ ਤਾਂ ਰੱਬ ਮਿਲਦਾ ਹੁੰਦਾ ਤੇ ਮਿਰਗਾਂ ਨੂੰ ਪਹਿਲਾਂ ਮਿਲ ਜਾਣਾ ਚਾਹੀਦਾ ਸੀ। ਸਾਰਾ ਜਿੰਨਾ ਇੱਥੇ ਇਵੇਂ ਦਾ ਸਿਸਟਮ ਆ ਸਾਡੇ ਸਮਾਜ ਦਾ ਕਿ ਜਿਹੜਾ ਗਲਤ ਜੇ ਕੰਮ ਕਰੇ ਉਹਨੂੰ ਵੱਡਾ ਮਹਾਤਮਾ ਬਣਾ ਕੇ ਪੇਸ਼ ਕਰ, ਕੋਈ 100 ਘੜੇ ਨਾਲ ਪਿੰਡਾਂ ਪਿੰਡੇ ਤੇ 100 ਘੜਾ ਪਾਣੀ ਦਾ ਸਿੱਟ ਰਿਹਾ, ਕਹਿੰਦੇ ਬੜਾ ਪਹੁੰਚਿਆ ਮਹਾਤਮਾ ਜੀ ਦਾ ਨਹਾਉਂਦੇ ਹੀ 100 ਘੜੇ ਨਾਲ। ਮੈਂ ਕਿਹਾ ਪਹੁੰਚਿਆ ਜ਼ਿਆਦਾ ਜਾਂ ਲਿਬੜਿਆ ਜ਼ਿਆਦਾ, ਅਹਿਸਾਸ ਕਰੀਏ। ਮਹਾਪੁਰਸ਼ ਨੇ ਆ ਸਾਰੀਆਂ ਚੀਜ਼ਾਂ ਮੰਗੀਆਂ, ਕੋਈ ਗੁਨਾਹ ਨਹੀਂ ਹੈ। ਦਾਲ ਸੀਧਾ ਮਾਂਗੋ ਘੀਓ, ਅਰਥ ਕਰਨ ਦੀ ਵੀ ਲੋੜ ਨਹੀਂ, ਸਾਰੇ ਤੁਸੀਂ ਸਮਝ ਰਹੇ। ਦਾਲ ਸੀਧਾ ਮਾਂਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਪੰਨੀਆਂ, ਪੰਨੀਆਂ ਕਹਿੰਦੇ ਜੁੱਤੀ, ਹੁਣ ਜੁੱਤੀ ਵੀ ਮੰਗੀ ਤੇ ਅੱਜ ਇੱਥੇ ਜੁੱਤੀ ਪਾਉਣੀ ਛੱਡ ਦੇ, ਬੜੇ ਮਹਾਤਮਾ ਜੀ ਤਾਂ ਜੁੱਤੀ ਨਹੀਂ ਪਾਈ ਨਾ, ਤੇ ਮਹਾਤਮਾ ਨੇ ਤਾਂ ਆਪ ਮੰਗੀ ਹੈ ਪੰਨੀਆਂ, ਜੁੱਤੀ ਵੀ ਚਾਹੀਦੀ। ਸ਼ਾਦਨ ਨੀਕਾ, ਕੱਪੜਾ ਵੀ ਸੋਹਣਾ ਚਾਹੀਦਾ ਮੌਸਮ ਦੇ ਅਨੁਸਾਰ। ਅਨਾਜ ਮੰਗੋ ਸੱਤ ਸੀਕਾ, ਅਨਾਜ ਵੀ ਚਾਹੀਦਾ ਜਿਹੜੀ ਚੰਗੀ ਤਰ੍ਹਾਂ, ਸੱਤ ਸੀਕਾ ਭਾਵ ਸੱਤ ਵਾਰੀ ਵਾਹੀ ਜ਼ਮੀਨ ਦਾ ਭਾਵ ਹੈ, ਚੰਗੀ ਉਪਜਾਊ ਜ਼ਮੀਨ ਵਿੱਚੋਂ ਪੈਦਾ ਹੋਇਆ ਅਨਾਜ। ਅਨਾਜ ਮੰਗੋ ਸੱਤ ਸੀਕਾ, ਗਊ ਭੈਂਸ ਮੰਗੋ ਲਾਵੇਰੀ, ਦੁੱਧ ਦੇਣ ਲਈ ਗਾਂ ਤੇ ਮੱਝ ਵੀ ਮੰਗੀ। ਇੱਕ ਤਾਜਨ ਤੁਰੀ ਚੰਗੇਰੀ, ਤਾਜਨ ਕਹਿੰਦੇ ਆ ਅਰਬੀ ਘੋੜੀ ਨੂੰ, ਤੁਸੀਂ ਸਾਰੇ ਭੈਣ ਭਰਾ ਜਾਣਦੇ ਹੋ ਕਿ ਪੁਰਾਣੇ ਸਮਿਆਂ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਵਹੀਕਲ, ਜਿਹੜੇ ਰੱਥ ਵਗੀਆਂ, ਘੋੜੇ ਘੋੜੀਆਂ, ਇਹੀ ਚੀਜ਼ਾਂ ਸੀ ਉਹਨਾਂ ਸਮਿਆਂ ਦਾ। ਇੱਕ ਚੰਗਾ ਵਹੀਕਲ ਹੈ ਅਰਬੀ ਘੋੜੀ, ਭਾਵ ਅਰਥ ਕੀ ਹੈ ਕਿ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਵਹੀਕਲ ਵੀ ਚੰਗਾ ਚਾਹੀਦਾ। ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ, ਗੀਹਨ ਕਹਿੰਦੇ ਇਸਤਰੀ, ਜੀਵਨ ਸਾਥੀ ਵੀ ਉੱਚੇ ਸੁੱਚੇ ਖਿਆਲਾਂ ਦਾ ਹੋਵੇ, ਭਾਵ ਅਰਥ ਦੋਨੋਂ ਪਾਸੇ ਗੱਲ ਹੈ। ਇੱਥੇ ਤੇ ਜਿਹੜਾ ਵਿਆਹ ਨਾ ਕਰਾਵੇ ਉਹ ਵੀ ਮਹਾਤਮਾ, ਸਾਡੇ ਤਾਂ ਐਵੇਂ ਚੱਲਦਾ ਨਾ, ਉਹ ਤਾਂ ਜੀ ਬੜੇ ਪਹੁੰਚੇ ਹੋਏ ਉਹਨੇ ਵਿਆਹ ਹੀ ਨਹੀਂ ਕਰਾਇਆ। ਤੇ ਕਬੀਰ ਜੀ ਨੇ ਬੜਾ ਤਿੱਖਾ ਸਵਾਲ ਕੀਤਾ, ਬਿੰਦ ਰਾਖ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਅੰਤਮ ਫੈਸਲਾ ਸਿਰਫ ਗੁਰਬਾਣੀ ਦਾ, ਮੈਂ ਆਪਣੇ ਕੋਲੋਂ ਇੱਕ ਵੀ ਗੱਲ ਤੁਹਾਨੂੰ ਲੱਗੇ ਬਾਣੀ ਤੋਂ ਬਾਹਰ ਬੋਲ ਰਿਹਾ, ਮੈਨੂੰ ਨਾਲ ਦੀ ਨਾਲ ਹੀ ਕਹਿ ਦਿਓ ਇਹ ਬਾਣੀ ਚ ਲਿਖਾ ਕਿੱਥੇ ਲਿਖਿਆ, ਗੁਰਬਾਣੀ ਚ ਲਿਖਿਆ। ਇਸ ਲਈ ਪਿਆਰਿਓ ਨੋਟ ਕਰ ਲਿਓ ਕਿਰਪਾ ਕਰਕੇ। ਹੁਣ ਕਹਿੰਦੇ ਨੇ ਘਰ ਘਰ ਗਈ ਚੰਗੀ, ਜੀਵਨ ਸਾਥੀ ਵੀ ਉੱਚੇ ਸੁੱਚੇ ਵਿਚਾਰਾਂ ਦਾ ਹੋਵੇ, ਚੰਗਾ ਸਮਾਂ ਲੰਘਦਾ ਘਰੀ ਸਤਸੰਗ ਬਣੀ ਰਹਿੰਦੀ ਹੈ, ਨੋਟ ਕਰ ਲਿਓ, ਕਿਉਂਕਿ ਸਤਿਗੁਰੂ ਦੀ ਬਾਣੀ ਨੇ ਨਾ ਜੀਵਨ ਸਾਥੀ ਸਿਰਫ ਇਹ ਨਹੀਂ ਕਿਹਾ ਕਿ ਸਰੀਰਕ ਤੌਰ ਤੇ ਇਕੱਠੇ ਬਹਿ ਗਏ ਪਤੀ ਪਤਨੀ ਹੋ ਗਏ, ਖਾਸ ਤੌਰ ਤੇ ਇਹਨਾਂ ਕੰਟਰੀਆਂ ਵਿੱਚ ਬੜੀ ਵੱਡੀ ਸਮੱਸਿਆ ਹੈ, ਇਹ ਤੇ ਜ਼ਰੂਰ ਗੱਲ ਕਰਨੀ ਚਾਹੀਦੀ। ਗੁਰੂ ਨੇ ਕੀ ਕਿਹਾ, ਧੰਨ ਫਿਰ ਇਹ ਨਾ ਆਖੀਆਂ, ਵਹਿਨ ਇਕੱਠੇ ਹੋਏ ਏਕ ਜੋਤ ਹੋਏ ਮੂਰਤੀ, ਧੰਨ ਫਿਰ ਕਹੀ ਹੈ ਸੋਏ, ਏਕ ਜੋਤ ਦੋਏ ਮੂਰਤੀ।
ਵੀ ਦੋਨਾਂ ਦੀ ਜੋਤ ਇੱਕ ਹੋ ਗਈ, ਪਤੀ ਪਤਨੀ ਦੀ ਜੋਤ ਇੱਕ, ਮਤਲਬ ਸੋਚ ਇੱਕ, ਇੱਕ ਸੋਚ ਕਿਹੜੀ, ਇੱਕ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ ਗੁਰਬਾਣੀ ਵਾਲੀ ਇੱਕ ਸੋਚ ਹੋ ਗਈ, ਇੱਕ ਸੋਚ ਹੋ ਗਈ ਦੋਨਾਂ ਦੋਨਾਂ, ਬਸ ਸਰੀਰ ਦੋ ਹੈ। ਧੰਨ ਫਿਰ ਇਹ ਨਾ ਆਖੀਆਂ ਵਹਿਣ ਇਕੱਠੇ ਹੋਏ ਏਕ ਜੋਤ ਤੋਂ ਮੂਰਤੀ, ਧੰਨ ਫਿਰ ਕਹੀ ਹੈ ਸੋਏ, ਉਹ ਹੈ ਅਸਲ ਅਰਥਾਂ ਚ ਪਤੀ ਪਤਨੀ। ਤੇ ਪਿਆਰਿਓ, ਜੇ ਸਿਰਫ ਸਿਟੀਜ਼ਨਸ਼ਿਪ ਲੈਣ ਲਈ ਮੈਰਿਜ ਕਰਵਾਈ, ਇਵੇਂ ਦੀ ਮੈਰਿਜ ਬਿਲਕੁਲ ਪ੍ਰਵਾਨ ਨਹੀਂ। ਮਾਫ ਕਰਿਓ, ਗੱਲ ਇਹ ਲੜਕਮੀ ਜ਼ਰੂਰ ਹੈ, ਥੋੜੀ ਚੁਭਮੀ ਵੀ ਹੈ, ਕਿਉਂਕਿ ਉਪਰੀ ਲੱਗਣੀ ਸਾਨੂੰ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਫਿਰ ਸਾਡੇ ਵਿੱਚ ਇਹ ਬਿਮਾਰੀਆਂ ਨਹੀਂ ਹੋਣੀਆਂ ਚਾਹੀਦੀਆਂ, ਨਹੀਂ ਤੇ ਸਾਡਾ ਗੁਰੂ ਗ੍ਰੰਥ ਸਾਹਿਬ ਦਾ ਕੋਈ ਸੰਬੰਧ ਨਹੀਂ ਹੈ, ਨਹੀਂ ਤੇ ਸਾਡੀ ਬਹੁਤਿਆਂ ਦੀ ਹਾਲਤ ਸਲਾਮ ਜਵਾਬ ਦੋਵੇਂ ਕਰੇ ਮੋਢੋਂ ਉੱਠਾ ਜਾਏ। ਸਲਾਮ ਵੀ ਕਰਦੇ ਹਾਂ ਅਸੀਂ, ਤੇ ਜਿਹੜੀ ਗੁਰੂ ਦੀ ਗੱਲ ਹੈ ਉਹਦੇ ਤੋਂ ਜਵਾਬ ਵੀ ਦਿੰਦੇ ਹਾਂ ਕਿ ਅਸੀਂ ਮੰਨਣੀ ਨਹੀਂ ਗੱਲ ਤੇਰੀ ਕੋਈ, ਫਿਰ ਤੇ ਮੋਢੋਂ ਉੱਠਾ ਜਾਏ ਦਾ ਭਾਵ, ਮੋਢੋਂ ਮੁੱਢ ਕੀ ਹੁੰਦਾ, ਜੜ ਜੜੋਂ ਹੀ ਉਖੜਿਆ ਫਿਰਦਾ ਕਹਿੰਦੇ। ਸਤਿਗੁਰੂ ਦੀ ਬਾਣੀ ਦੇ ਫੈਸਲੇ, ਇਸ ਲਈ ਪਤੀ ਪਤਨੀ ਇੱਕ ਬੜਾ ਪਵਿੱਤਰ ਰਿਸ਼ਤਾ, ਪਰ ਅੱਜ ਇਹ ਰਿਸ਼ਤੇ ਨਾਤਿਆਂ ਵਿੱਚ ਗੰਧਲਾਪਣ ਸਭ ਕੁਛ ਆ ਰਿਹਾ, ਕਿਉਂਕਿ ਅਸੀਂ ਗੁਰੂ ਦੇ ਗਿਆਨ ਦੇ ਨੇੜੇ ਨਹੀਂ ਲੱਗੇ ਕਿ ਸਾਡੀ ਸਿੱਖ ਸਭਿਅਤਾ ਦੇ ਵਿੱਚ ਇਹਨਾਂ ਰਿਸ਼ਤੇ ਨਾਤਿਆਂ ਦੀ ਕਿੱਡੀ ਵੱਡੀ ਵੈਲੀ। ਘਰ ਘਰ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ, ਭਗਤ ਧੰਨਾ ਜੀ ਨੇ ਇਹ ਸਾਰੀਆਂ ਦੁਨਿਆਵੀ ਦਾਤਾਂ ਮੰਗੀਆਂ। ਧਿਆਨ ਦਿਓ ਜੀ ਕਿਰਪਾ ਕਰਕੇ। ਸੋ ਅੱਜ ਆਪਾਂ ਇੱਥੋਂ ਤੱਕ ਭਗਤ ਧੰਨਾ ਜੀ ਦੇ ਤਿੰਨ ਸ਼ਬਦ ਵਿਚਾਰੇ, ਥੋੜਾ ਸੰਖੇਪ ਚ ਵਿਚਾਰ ਇਸ ਕਰਕੇ ਰੱਖੀਏ ਤਾਂ ਜੋ ਉਹਨਾਂ ਦੀ ਸਾਰੀ ਬਾਣੀ ਵਿਚਾਰ ਸਕੀ। ਤਿੰਨ ਸ਼ਬਦ, ਦੋ ਸ਼ਬਦ ਆਸਾ ਰਾਗ ਦੇ ਵਿੱਚ, ਇੱਕ ਸ਼ਬਦ ਧਨਾਸਰੀ ਰਾਗ ਦੇ ਵਿੱਚ। ਅੱਜ ਮੇਰਾ ਖਿਆਲ ਜਿਹੜੇ ਭੈਣ ਭਰਾਵਾਂ ਨੇ ਧਿਆਨ ਨਾਲ ਦੀਵਾਨ ਸੁਣ ਲਿਆ, ਉਹਨਾਂ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਕਿ ਭਗਤ ਧੰਨਾ ਜੀ ਨੇ ਰੱਬ ਕਿੱਥੋਂ ਪਾਇਆ, ਕਿਉਂਕਿ ਉਹ ਆਪ ਦੱਸ ਰਹੇ ਨੇ ਬਾਣੀ ਚ ਕਿਹੜੇ ਸਤਪੁਰਸ਼ਾਂ ਦੀ ਸੰਗਤ ਕੀਤੀ ਹੈ ਤੇ ਕਿਵੇਂ ਬਖਸ਼ਿਸ਼ ਵਾਪਰਦੀ ਹੈ। ਇੱਕ ਪ੍ਰਮਾਤਮਾ ਦੇ ਉੱਤੇ ਅਕੀਦਾ ਰੱਖਣ ਦੀ ਪ੍ਰੇਰਣਾ ਭਗਤ ਧੰਨਾ ਜੀ ਸਾਨੂੰ ਬਖਸ਼ਦੇ ਹੈ। ਸਤਿਗੁਰ ਸਾਹਿਬ ਪਾਤਸ਼ਾਹ ਬਖਸ਼ਿਸ਼ ਕਰਨ, ਸਾਨੂੰ ਸਾਰਿਆਂ ਨੂੰ ਇਹ ਗੱਲ ਦੀ ਸਮਝ ਆਵੇ।